हेलो जी, सत श्री अकाल जी मेरे सारे वीरां अते भैणां नूं। आस करदे हां कि मेरे सारे वीर भैन भरा वधिया ही होणगे। लो भी अज आपां लै के आए हां तुहाडे वास्ते फिर तो एक नवी वीडियो। लो भी इस वीडियो विच आपां गल करांगे कि जिवें आपां जिहनूं आपां बैड न्यूज़ भी आख सकते हां, ठीक है। जिवें कई लोगों नूं पता होना वा गौरमेंट इटली की चेंज होण जा रही आ, उस बारे आपां इस वीडियो विच गल करांगे, ठीक है जी। तो वीडियो आपां ज़्यादा लंबी नहीं करनी, तो वीडियो करते हैं स्टार्ट। बट वीडियो स्टार्ट करन तो पहला मैं तुहानूं एक गल जरूर कहूँगा कि जिस भी वीर भरा ने साडे चैनल नूं हाले तक सबसक्राइब नहीं किया तां इस नूं सबसक्राइब कर लवो, तो बैल आइकन नूं आल ते सैट कर लवो तां जो असीं कोई भी नवीं वीडियो अपलोड करिए ਤਾਂ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇ। ਲਓ ਵੀ ਫਿਰ ਕਰਦੇ ਹਾਂ ਵੀਡੀਓ ਸਟਾਰਟ। ਜਿਵੇਂ ਕਿ ਆਪਣੇ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਹੀ ਹੋਣਾ ਵਾ, ਅਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਿੰਦਾ ਕਿ ਜਿਹੜੇ ਇਟਲੀ ਦਾ ਪਹਿਲਾ ਜਿਹੜਾ ਮੰਤਰੀ ਸੀ ਉਹ ਹੈਗਾ ਸੀ ਮਾਰੀਓ ਦਰਾਗੀ, ਠੀਕ ਹੈ ਜੀ। ਮਾਰੀਓ ਦਰਾਗੀ ਪਹਿਲਾਂ ਮੁੱਖ ਮੰਤਰੀ ਸੀ, ਹੁਣ ਉਹ ਜਿਹੜਾ ਵਾ ਮਤਲਬ ਕਿ ਕਾਮਯਾਬ ਕਰਤਾ, ਮਤਲਬ ਕਿ ਚੇਂਜ ਕਰਨ ਦਿੱਤੇ ਵਾ, ਮਤਲਬ ਕਿ ਜਿਵੇਂ ਆਪਾਂ ਕਹਿੰਦੇ ਗੌਰਮੈਂਟ ਜਿਹੜੀ ਹੁਣ ਚੇਂਜ ਕਰਨ ਦਾ ਇਹ ਵਾ ਕਿ ਜਿਹੜਾ ਮਾਰੀਓ ਦਰਾਗੀ ਸੀ ਉਹੀ ਮਤਲਬ ਕਿ ਮੰਤਰੀ ਅਤੇ ਉਹਦੇ ਜਿਹੜੇ ਮੈਂਬਰ ਸੀ ਸਾਰੇ, ਠੀਕ ਆ। ਅਤੇ ਜੋ ਵੀ ਮਤਲਬ ਕਿ ਮਾਰੀਓ ਦਰਾਗੀ ਕੋਈ ਨਾ ਕੋਈ ਮਤਲਬ ਕਿ ਗੱਲ ਕਰਦਾ ਸੀ ਜਾਂ ਕੋਈ ਕਾਨੂੰਨ ਬਣਾਉਣ ਦੀ ਗੱਲ ਕਰਦਾ ਸੀ, ਜਿਹੜੇ ਉਸਦੇ ਮੈਂਬਰ ਸੀ ਉਹ ਮਤਲਬ ਕਿ ਉਹਦੇ ਨਾਲ ਨਹੀਂ ਚੱਲਦੇ ਸੀ। ਮਤਲਬ ਕਿ ਚੱਲਣ ਦਾ ਮਤਲਬ ਇਹ ਕਿ ਮਤਲਬ ਕਿ ਉਹਦੀ ਗੱਲ ਨਹੀਂ ਮੰਨਦੇ ਸੀ। ਜੇ ਮਤਲਬ ਕਿ ਉਹਨੂੰ ਆਉਂਦੇ ਵੀ ਆਹ ਕੰਮ, ਜੇਕਰ ਮਾਰੀਓ ਦਰਾਗੀ ਆਉਂਦਾ ਸੀ ਵੀ ਆਪਾਂ ਆਹ ਕੰਮ ਕਰੀਏ ਤਾਂ ਉਸਦੇ ਜਿਹੜੇ ਸਾਰੇ ਮੈਂਬਰ ਸੀ ਉਹ ਮਤਲਬ ਕਿ ਉਸ ਤਰ੍ਹਾਂ ਨਹੀਂ ਕਰਦੇ ਸੀ, ਅਤੇ ਜਿਸ ਕਰਕੇ ਉਸ ਨਾਲ ਉਸਨੇ ਜਿਹੜਾ ਮਾਰੀਓ ਦਰਾਗੀ ਆ ਉਸਨੇ ਫਿਰ ਹੁਣ ਅਸਤੀਫਾ ਦੇਣ ਦਾ ਮਤਲਬ ਕਿ ਫੈਸਲਾ ਕਰ ਲਿਆ ਵਾ ਕਿ ਮੈਂ ਅਸਤੀਫਾ ਦੇਣ ਲੱਗਾ ਹਾਂ, ਕਿਉਂਕਿ ਮੇਰੀ ਉਹ ਕਹਿੰਦੇ ਮੇਰੀ ਗੱਲ ਨਹੀਂ ਮੰਨਦਾ, ਇਸ ਕਰਕੇ ਜਿਹੜੇ ਮੈਂਬਰ ਆ ਮੇਰੀ ਗੱਲ ਨਹੀਂ ਮੰਨਦੇ, ਜਿਸ ਕਰਕੇ ਮੈਂ ਅਸਤੀਫਾ ਦੇਣ ਲੱਗਾ ਵਾਂ, ਠੀਕ ਹੈ ਜੀ। ਅਤੇ ਜੋ ਜਿਹੜੇ ਮੈਂਬਰਾਂ ਨੇ ਅਗਲੇ ਪਾਸੋਂ ਉਹਨਾਂ ਨੇ ਮਤਲਬ ਕਿ ਅਸਤੀਫਾ ਦੇ ਦਿੱਤਾ ਵਾ, ਠੀਕ ਆ, ਜਿਹੜਾ ਮਤਲਬ ਕਿ ਸਾਈਨ ਸੂਨ ਕਰਕੇ ਸਾਰਾ ਕੁਝ ਮੈਂਬਰਾਂ ਨੂੰ ਦੇ ਦਿੱਤਾ ਵਾ ਵੀ, ਅਤੇ ਜਿਹੜੇ ਮੈਂਬਰਾਂ ਨੇ ਅਗਲੇ ਪਾਸੋਂ ਉਹਨਾਂ ਨੇ ਵੀ ਮਤਲਬ ਕਿ ਐਕਸੈਪਟ ਕਰ ਲਿਆ ਵਾ, ਮਤਲਬ ਕਿ ਉਹ ਜਿਹੜਾ ਅਸਤੀਫਾ ਵਾ ਉਹ ਐਕਸੈਪਟ ਕਰ ਲਿਆ ਵਾ, ਉਹਨਾਂ ਨੇ ਕੋਈ ਝੂਮ ਪੈਣੀ ਕੀਤੀ ਵੀ ਤੁਸੀਂ ਨਾ ਛੱਡੋ ਜਾਂ ਛੱਡੋ, ਠੀਕ ਆ। ਅਤੇ ਜਿਸ ਕਰਕੇ ਇਹਨੂੰ ਆਪਾਂ ਬੈਡ ਨਿਊਜ਼ ਇਸ ਕਰਕੇ ਆਖਦੇ ਹਾਂ ਕਿਉਂਕਿ ਜਦੋਂ ਸਰਕਾਰ ਚੇਂਜ ਹੋਣੀ ਹੈ ਇਟਲੀ ਦੀ, ਜਾਂ ਮਤਲਬ ਕਿ ਜਿਹੜੀ ਹੋ ਗਈ ਹੈ ਸਰਕਾਰ ਚੇਂਜ, ਜਦੋਂ ਹੋਣੀ ਹੈ ਸਰਕਾਰ ਚੇਂਜ ਤਾਂ ਜਿਹੜਾ ਸਾਰਾ ਇਟਲੀ ਆ ਉੱਪਰ ਥੱਲੇ ਇੱਕ ਵਾਰੀ ਆਉਣਾ ਵਾ। ਉੱਪਰ ਥੱਲੇ ਆਉਣ ਦਾ ਮਤਲਬ ਕਿ ਜਿਵੇਂ ਆਫਿਸਾਂ ਵਿੱਚ ਕਿਵੇਂ ਕੰਮ ਹੁੰਦੇ ਸੀ, ਠੀਕ ਆ, ਕੋਈ ਵੀ ਮਤਲਬ ਕਿ ਜਿਵੇਂ ਕੋਈ ਵੀ ਆਫਿਸ ਲਾ ਲਓ, ਠੀਕ ਆ, ਉਹਨਾਂ ਵਿੱਚ ਜਿਹੜੇ ਕੰਮ ਹੁੰਦੇ ਸੀ ਉਹ ਮਤਲਬ ਕਿ ਇੱਕ ਵਾਰੀ ਉੱਪਰ ਥੱਲੇ ਆਉਣ ਦਾ ਮਤਲਬ ਕਿ ਜਿਹੜੇ ਆਫਿਸਾਂ ਵਿੱਚ ਕੰਮਾਂ ਦਾ ਫਰਕ ਪੈਣਾ ਵਾ, ਜਾਂ ਵਧਣਗੇ ਜਾਂ ਘਟਣਗੇ ਉਹ ਉਹਨਾਂ 'ਤੇ ਡਿਪੈਂਡ ਹੈ ਜਿਹੜਾ ਨਵਾਂ ਬੰਦਾ ਆਉਣਾ ਵਾ, ਠੀਕ ਹੈ ਜੀ। ਹੁਣ ਮੈਂ ਆਪਾਂ ਇਸ ਵੀਡੀਓ 'ਚ ਇਸ ਇਹ ਵੀ ਗੱਲ ਕਰਾਂਗੇ ਕਿ ਜਿਹੜੀ ਸਰਕਾਰ ਚੇਂਜ ਦਾ ਆਪਣੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਕੀ ਸੰਬੰਧ ਆ, ਠੀਕ ਆ। ਹਾਲੇ ਤੱਕ ਜਿਸ ਹਿਸਾਬ ਨਾਲ ਤੁਹਾਨੂੰ ਮਤਲਬ ਕਿ ਮੈਂ ਜਦੋਂ ਤੁਹਾਨੂੰ ਇਹ ਵੀ ਗੱਲ ਵਿੱਚ ਦੱਸਦਾ ਵਾਂ ਕਿ ਹਾਲੇ ਤੱਕ ਜਿਹੜੀ ਇਮੀਗ੍ਰੇਸ਼ਨ ਜਿਹਨੂੰ ਫਲੂਸੀ ਕਹਿੰਦੇ ਹਾਂ ਜਾਂ ਜਿਹੜੀ ਨਵੀਂ ਓਪਨ ਹੋਣ ਜਾ ਰਹੀ ਹੈ ਜਿਹੜੀ 2022 ਵਿੱਚ ਹੋਣੀ ਆ ਉਸ ਬਾਰੇ, ਅਤੇ ਨਾਲ ਹੀ ਜਿਹੜੀ ਪਿੱਛੇ 2000 ਮਤਲਬ ਕਿ 22 ਵਿੱਚ ਜਨਵਰੀ ਫਰਵਰੀ ਵਿੱਚ ਓਪਨ ਹੋਈ ਸੀ ਉਹ ਵੀ ਵਿੱਚ ਹੈਗੀ, ਠੀਕ ਆ। ਇਹਨਾਂ ਬਾਰੇ ਆਪਾਂ ਮਤਲਬ ਕਿ ਜੇ ਗੱਲ ਕਰੀਏ ਤਾਂ ਗੌਰਮੈਂਟ ਮਤਲਬ ਕਿ ਜਿਹੜੀ ਚੇਂਜ ਹੁੰਦੀ ਆ ਅਤੇ ਉਹਨਾਂ ਦਾ ਹਾਲੇ ਇਸ ਦੇ ਨਾਲ ਕੋਈ ਵੀ ਲਿੰਕ ਨਹੀਂ ਹੈਗਾ ਕਿ ਜੇਕਰ ਮਤਲਬ ਕਿ ਗੌਰਮੈਂਟ ਚੇਂਜ ਹੋਊਗੀ ਤਾਂ ਜਿਹੜੇ ਪੇਪਰ ਨਿਕਲਦੇ ਆ ਜਿਹੜੇ 2022 ਵਾਲੇ ਇਹ ਰੁਕਣੇ ਬੰਦ ਹੋ ਜਾਣਗੇ, ਠੀਕ ਆ, ਜਾਂ ਜਿਹੜੀ 2022 ਵਿੱਚ ਨਵੀਂ ਫਲੂਸੀ ਓਪਨ ਹੋਣ ਜਾ ਰਹੀ ਆ ਉਹ ਮਤਲਬ ਕਿ ਓਪਨ ਨਹੀਂ ਹੋਊਗੀ। ਕਿਉਂਕਿ ਤੁਹਾਨੂੰ ਵੀ ਪਤਾ ਵਾ ਕਿਉਂਕਿ ਇਹ ਕਿਹੜਾ ਨਿੱਕਾ ਮੋਟਾ ਕੰਮ ਵਾ, ਐਡਾ ਵੱਡਾ ਕੰਮ ਵਾ ਜੇਕਰ ਮਤਲਬ ਕਿ ਨਵਾਂ ਬੰਦਾ ਵੀ ਜਿਹੜਾ ਲਿਆਉਣਗੇ ਉਹ ਇੱਥੇ, ਠੀਕ ਆ, ਜਿਵੇਂ ਮਤਲਬ ਕਿ ਪਹਿਲਾਂ ਮਾਰੀਓ ਦਰਾਗੀ ਸੀ, ਹੁਣ ਜੇਕਰ ਕੋਈ ਹੋਰ ਬੰਦਾ ਲਿਆਉਣਗੇ ਇੱਥੇ, ਠੀਕ ਆ, ਉਹ ਵੀ ਸਾਰਾ ਕੁਝ ਸਮਝੂਗਾ, ਸਮਝਣ ਤੋਂ ਬਾਅਦ ਫਿਰ ਹੀ ਆਪਣੀ ਇਮੀਗ੍ਰੇਸ਼ਨ ਜਿਹੜੀ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਠੀਕ ਹੈ, ਕਿਉਂਕਿ ਬਹੁਤ ਸਾਰੇ ਵੀਰਾਂ ਦੇ ਮੈਨੂੰ ਸਵਾਲ ਆਏ ਵੀ ਕਿ ਮਤਲਬ ਕਿ ਜਿਹੜਾ ਮਤਲਬ ਕਿ ਨਵੀਂ ਗੌਰਮੈਂਟ ਚੇਂਜ ਹੋਣ ਦੇ ਕਾਰਨ ਆਪਣੀ ਇਮੀਗ੍ਰੇਸ਼ਨ ਦੇ ਨਾਲ ਉਸਦਾ ਕੀ ਸੰਬੰਧ ਵਾ। ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਹਾਲੇ ਤੱਕ ਮਤਲਬ ਕਿ ਇਹ ਮੂਵਮੈਂਟ 'ਤੇ ਹਾਲੇ ਤੱਕ ਕੁਛ ਵੀ ਨਹੀਂ ਮਤਲਬ ਕਿ ਸੰਬੰਧ ਹੈਗਾ ਆਪਣੀ ਇਮੀਗ੍ਰੇਸ਼ਨ ਦਾ, ਮਤਲਬ ਕਿ ਕੋਈ ਵੀ ਹਾਲੇ ਤੱਕ ਚੇਂਜ ਨਹੀਂ ਹੋਣਾ। ਬਟ ਜਦੋਂ ਹੀ ਮਤਲਬ ਕਿ ਜਦੋਂ ਜਿਹੜਾ ਨਵਾਂ ਮਤਲਬ ਕਿ ਮਾਰੀਓ ਦਰਾਗੀ ਥਾਂ 'ਤੇ ਜਿਹੜਾ ਨਵਾਂ ਬੰਦਾ ਆਊਗਾ, ਠੀਕ ਹੈ, ਉਹਨੂੰ ਸਾਰੇ ਆਪਦੀ ਕਿ ਕਾਨੂੰਨ ਜਿਹੜੀ ਸ਼ਕਤੀ ਜਿਹੜੀ ਹੁੰਦੀ ਆ ਸਰਕਾਰ ਵਾਲੀ ਜਿਹੜੀ ਸ਼ਕਤੀ ਮਿਲਦੀ ਹੈ ਸਾਰਾ ਕੁਝ ਮਿਲ ਜਾਊਗਾ, ਠੀਕ ਆ, ਉਸ ਤੋਂ ਬਾਅਦ ਉਹ ਸਾਰਾ ਕੁਝ ਸਮਝੂਗਾ, ਸਮਝਣ ਤੋਂ ਬਾਅਦ ਉਸ ਤੋਂ ਬਾਅਦ ਉਹ ਕਾਨੂੰਨ ਚੇਂਜ ਕਰ ਸਕਦਾ ਵਾ। ਤੁਹਾਨੂੰ ਵੀ ਪਤਾ ਨਿੱਕਾ ਜਿਹਾ ਕੰਮ ਹੋ ਤਾਂ ਬੰਦਾ ਉਸ ਵੇਲੇ ਕਰ ਦੂ, ਐਡਾ ਵੱਡਾ ਕੰਮ ਉਹਨੇ ਸਾਰਾ ਕੁਝ ਸਮਝ ਕੇ, ਠੀਕ ਆ, ਹਾਲੇ ਤੱਕ ਮਤਲਬ ਕਿ ਉਹਨਾਂ ਨੇ ਇਹ ਨਹੀਂ ਮਤਲਬ ਕਿ ਚੂਜ਼ ਕੀਤਾ ਵੀ ਕਿਹੜਾ ਹੁਣ ਆਪਾਂ ਮਤਲਬ ਕਿ ਨਵਾਂ ਬਣਾਉਣਾ ਮੰਤਰੀ, ਠੀਕ ਆ, ਅਤੇ ਜਦੋਂ ਮਤਲਬ ਕਿ ਇਹ ਚੂਜ਼ ਕਰਨਗੇ ਇਟਲੀ ਸਰਕਾਰ, ਠੀਕ ਹੈ, ਵੀ ਕਿਹੜਾ ਹੁਣ ਨਵਾਂ ਬਣਾਉਣਾ ਵਾ ਮੰਤਰੀ, ਅਤੇ ਆਪਾਂ ਤੁਹਾਨੂੰ ਉਸ ਦੀ ਵੀ ਜਾਣਕਾਰੀ ਜ਼ਰੂਰ ਦੇਵਾਂਗੇ। ਇਸ ਲਈ ਮੈਂ ਤੁਹਾਨੂੰ ਕਹਿਣਾ ਵਾ ਕਿ ਜਿਸ ਵੀ ਵੀਰ ਭਰਾ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ, ਠੀਕ ਆ। ਅਤੇ ਬਾਕੀ ਬੈਡ ਨਿਊਜ਼ ਮੈਂ ਇਸ ਕਰਕੇ ਹੀ ਤੁਹਾਨੂੰ ਕਹਿ ਰਿਹਾ ਸਾਂ ਕਿ ਕਿਉਂਕਿ ਜਦੋਂ ਮਤਲਬ ਕਿ ਸਰਕਾਰ ਚੇਂਜ ਹੁੰਦੀ ਆ, ਤੁਹਾਨੂੰ ਵੀ ਪਤਾ ਮਤਲਬ ਕਿ ਜਿਵੇਂ ਸਰਕਾਰ ਚੇਂਜ ਹੁੰਦੀ ਵਾ ਅਤੇ ਬਹੁਤ ਕੁਛ ਜਿਵੇਂ ਹੁਣ ਮਤਲਬ ਕਿ ਥੋੜ੍ਹਾ ਚਿਰ ਭਾਵੇਂ ਰੁਕ ਕੇ ਹੀ
रुक के ही जो कानून है वो चेंज माड़े मोटे उन्होंने करने ही करने वा ठीक है। मतलब कि बाकी सारे नहीं कानून चेंज कर सकते, मतलब कि कर सकते बट उन्होंने नहीं करने क्योंकि बहुत ज़्यादा कानून होंगे जिस करके उन्होंने मतलब कि सारे कानून चेंज नहीं करने ते कुछ कुछ कानून उन्होंने चेंज करने बट वह भी इन्नी जल्दी नहीं करने। तो जो ही मतलब कि कुछ आप होर नवी न्यूज़ मिलेगी कि मतलब कि नवा उन्होंने जोड़ा मंत्री आ चुनिया वा ठीक है, आप भी वीडियो के जल्दी तो जल्दी बना के दसांगे। तो बाकी जेकर मतलब कि जो मतलब कि नवा मुख मेरा मंत्री है वह बनता वा ठीक है, उस तो बाद जेकर वह कोई इमीग्रेशन के मतलब कि नाल कोई रिलेटिव कोई आप मतलब कि नवी न्यूज़ या कोई नवा कानून ठीक है, जां 2022 जी इमीग्रेशन ओपन होनी है इस बारे कोई ना कोई चीज़ करूँगा तो आप उसकी वीडियो बना के जरूर देवे। लो भी इस वीडियो सिर्फ इन्ना ही, मिलते हैं फिर आप नैक्सट वीडियो के ठीक है। बाकी तुसी घबराने तुहानू लोड़ नहीं है क्योंकि जिहड़ा मारियो द्रागी आ ठीक है, इन्हें भी अपने मतलब कि इत्थे जिहड़ा मंत्री आ 1.5 साल मतलब कि अपनी इहदी सरकार रही है तो इन्हें भी बहुत वधिया कीता वा। तो बाकी जिहड़ी आने वाली सरकार आ उह आपां मतलब कि सोच नहीं दे, मतलब कि जेकर मतलब कि नवी सरकार आ गई वह भावें बंद कर दे तो आप यह भी गल सोच सकते हैं कि जेकर मतलब कि नवी सरकार आ के शायद वह इस तो भी ज़्यादा वधिया होवे ठीक है, वह होर कोई कानून वधिया वधिया लियावे जिन्हें होर ज़्यादा सौखा हो जाए इटली दे विच आउणा ठीक है। इसलिए तुहानू घबराउण दी नहीं लोड़, यह वीडियो आप करते हैं इत्थे खत्म। तो होर कोई जानकारी लैण लई सानू कमेंट करके जरूर पुछो तो आप उस ते वीडियो जरूर बनावांगे। मिलते हैं फिर आप नैक्सट वीडियो दे विच। सत श्री अकाल जी ते टेक केयर जी।